ਅਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਲੀਆ ਸਵਾਗਤ ਕਰਦਾ ਜੀ ਇਸ ਖਾਸ ਪ੍ਰੋਗਰਾਮ ਪ੍ਰਾਈਮ ਟਾਕ ਦੇ ਵਿੱਚ ਅੱਜ ਅਸੀਂ ਇਸ ਵਕਤ ਲਾਈਵ ਆਪ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਇਹ ਗੱਲਬਾਤ ਹੋਏਗੀ ਅਜ ਸਿਹਤ ਸੰਬੰਧੀ ਕਿਉਂਕਿ ਸਭ ਤੋਂ ਵੱਡੀ ਮੁਸ਼ਕਲ ਜਿਸ ਚੀਜ਼ ਨੂੰ ਆਪਾਂ ਬਿਮਾਰੀ ਨਹੀਂ ਸਮਝਦੇ ਪਰ ਉਹ ਕਹਾਂ ਲੋ ਕਿ ਸਾਰੀਆਂ ਬਿਮਾਰੀਆਂ ਦੀ ਜੜ ਹੈ ਉਹ ਹੈ ਮੋਟਾਪਾ ਤੇ ਇਸ ਮੋਟਾਪੇ ਨੂੰ ਘਟ ਕਰਨ ਲਈ ਕੰਟਰੋਲ ਕਰਨ ਦੇ ਲਈ ਆਪਾਂ ਬਹੁਤ ਸਾਰੇ ਟੰਗ ਤਰੀਕੇ ਅਪਣਾਉਣੇ ਆ ਜਾਂ ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਇਹ ਮੋਟਾਪਾ ਹਾਨੀਕਾਰਕ ਨਹੀਂ ਆ ਪਰ ਕਿਹੜਾ ਮोटापा ਹਾਨੀਕਾਰਕ ਹੋ ਸਕਦਾ ਤੇ ਜੇ ਆਪਾਂ ਵਾਕਿਆ ਉਦੇ ਤੋਂ ਤੰਗ ਆ ਤੇ ਉਹਦਾ ਫਿਰ ਸੌਖਾ ਤੇ ਸਾਇੰਟੀਫਿਕ ਹੱਲ ਜਿਹੜਾ ਉਹ ਕੀ ਹੋ ਸਕਦਾ ਇਹ ਸਾਰੀ ਗੱਲਾਂ ਬਤਾਂ ਕਰਨ ਦੇ ਲਈ ਅੱਜ ਫਿਰ ਆਪਾਂ ਜੰਮੂ ਹਸਪੀਟਲ ਜਲੰਧਰ ਤੋਂ ਡਾਕਟਰ ਜੀਐਸ ਜੰਮੂ ਹਰਾਨੂੰ ਤਕਲੀਫ ਦਿੱਤੀ ਹੈ ਕਿ ਉਹ ਆਪਣੇ ਨਾਲ ਗੱਲਬਾਤਾਂ ਕਰਨਗੇ ਇਹ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਥੈਂਕ ਯੂ ਗੁਰਪ੍ਰੀਤ ਜੀ ਡਾਕਟਰ ਸਾਹਿਬ ਗੱਲ ਇਹ ਆ ਕਿ ਵੀ ਜਿਹੜਾ ਮोटापा ਇਹਦੇ ਵਿੱਚ ਸਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਵੀ ਬੰਦਾ ਇਹ ਮੰਨਣ ਨੂੰ ਤਿਆਰ ਨਹੀਂ ਹੁੰਦਾ ਕਿ ਮੈਂ ਬਿਮਾਰ ਆ ਇੰਨੇ ਤੁਹਾਡੇ ਕੋਲੇ ਪੇ ਕਿੰਨੇ ਪਰਸੈਂਟ ਤੁਸੀਂ ਸਮਝਦੇ ਹੋ ਕਿ ਅਵੇਅਰਨੈਸ ਆਈ ਹੈ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਐਕਸੈਪਟ ਕਰਨ ਚ ਕਿ ਵਾਕਿਆ ਹੀ ਮੈਂ ਮੋਟਾ ਤੇ ਇਹ ਬਿਮਾਰੀ ਹੈ ਪਿਛਲੇ ਦਸਾਂ ਸਾਲਾਂ ਤੋਂ ਮੈਂ ਦੇਖ ਰਿਹਾ ਵੇ ਲੋਕਾਂ ਵਿੱਚ ਬਹੁਤ ਸਾਰੇ ਚੇਂਜਸ ਆ ਰਹੀਆਂ ਲੋਕੀ ਐਕਸੈਪਟ ਕਰ ਰਹੇ ਹੈ ਜੀ ਕਿਉਂਕਿ ਹੁਣ WHO ਨੇ ਵੀ ਇਸ ਵੇਲੇ ਮੋਟਾਪੇ ਨੂੰ ਇੱਕ ਡਿਜ਼ੀਜ਼ ਦਾ ਖਿਤਾਬ ਦਿੱਤਾ ਤੇ ਹੌਲੀ ਹੌਲੀ ਸੋਸ਼ਲ ਮੀਡੀਆ ਰਾਈ ਟੀਵੀ ਰਾਈ ਹੋਰ ਜਿਹੜੇ ਮੀਡੀਆ ਦੇ ਰਾਈ ਲੋਕਾਂ ਨੂੰ ਅਵੇਅਰਨੈਸ ਆ ਰਹੀ ਹੈ ਕਿ ਮੋਟਾਪੇ ਤੋਂ ਜੇ ਛੁਟਕਾਰਾ ਪਾਣ ਲਈ ਯਤਨ ਜਰੂਰ ਕਰਨੇ ਚਾਹੀਦੇ ਆ ਤੇ ਪਿਛਲੇ 10 ਸਾਲਾਂ ਤੋਂ ਮੇਰੇ ਦੇ ਚੇਂਜ ਦੇਖ ਰਹੇ ਆ ਬਹੁਤ ਸਾਰੇ ਲੋਕੀ ਵੱਧ ਚੜ ਕੇ ਸਾਡੇ ਬਰੀਏਟ੍ਰਿਕ ਪ੍ਰੋਗਰਾਮ ਦਾ ਹਿੱਸਾ ਬਣਦੇ ਆ ਉਹ ਆ ਕੇ ਕਾਉਂਸਲਿੰਗ ਲੈਂਦੇ ਆ ਪਰ ਮੈਂ ਇੱਕਦਮ ਡਿਸੀਜਨ ਨਹੀਂ ਲੈਂਦੇ ਵੀ ਅਸੀਂ ਸਰਜਰੀ ਕਰਾ ਕੇ ਪਤਲੇ ਹੋਣਾ ਜੀ ਜੀ ਅਸੀਂ ਵੀ ਇਹੀ ਸਮਝਾਉਂਦੇ ਆ ਵੀ ਤੁਸੀਂ ਬਾਕੀ ਉਪਰਾਲੇ ਪੂਰੇ ਕਰੋ ਡਾਈਟ ਕਰੋ ਐਕਸਰਸਾਈਜ਼ ਕਰੋ ਜੇ ਤੁਹਾਨੂੰ ਕਾਮਯਾਬੀ ਨਹੀਂ ਮਿਲਦੀ ਤਾਂ ਤੁਸੀਂ ਸਰਜਰੀ ਦੀ ਸਹਾਇਤਾ ਲਓ ਸੋ ਪਿਛਲੇ 10 ਸਾਲਾਂ ਦੇ ਅੰਦਰ ਜੇ ਮੈਂ ਚੇਂਜ ਦੇਖਾਂ 10 ਸਾਲ ਪਹਿਲੇ ਜਿਹੜਾ ਸੀ ਸਾਲ ਚ ਜੇ ਅਸੀਂ 20 ਜਾਂ 30 ਆਪਰੇਸ਼ਨ ਕਰਦੇ ਸੀ ਅੱਜ ਦੀ ਡੇਟ 'ਚ ਅਸੀਂ ਹਰ ਮਹੀਨੇ 30-40 ਆਪਰੇਸ਼ਨ ਕਰਨੇ ਸ਼ੁਰੂ ਕਰ ਦਿੱਤੇ ਆ ਹਮਮ ਸੋ ਇੰਨੀ ਕ ਅਵੇਅਰਨੈਸ ਲੋਕਾਂ ਵਿੱਚ ਆ ਗਈ ਹੈ ਉਹਦਾ ਸਦਕਾ ਕਿ ਦੁਨੀਆ ਦੇ ਸਾਰੇ ਕੰਟੀਨੈਂਟ ਭਾਵੇਂ ਏਸ਼ੀਆ ਭਾਵੇਂ ਅਮਰੀਕਾ ਭਾਵੇਂ ਯੂਰਪ ਐ ਅਫਰੀਕਾ ਐ ਹਰ ਇੱਕ ਦੇਸ਼ 'ਚ ਜਿਹੜੀ ਇਹ ਬਰੀਆਟ੍ਰਿਕ ਸੱਜਣ ਨੂੰ ਕਮਾਨਤਾ ਪ੍ਰਾਪਤ ਮਿਲਦੀ ਹੋਈ ਹੈ ਜੀ ਜੀ ਦੁਨੀਆ ਦੇ ਪਰਦੇ ਸਾਰੇ ਸਰਜਨ ਨੂੰ ਟ੍ਰੇਨਿੰਗ ਕਰਨ ਦਾ ਮੌਕਾ ਮਿਲਦਾ ਹੈ ਇੱਕੋ ਪਲੇਟਫਾਰਮ ਤੇ ਆ ਕੇ ਇੱਕੋ ਜਿਹੀਆਂ ਸਰਜਰੀਆਂ ਕੀਤੀਆਂ ਜਾਂਦੀਆਂ ਤੇ ਉਹਦਾ ਸਦਕਾ ਵੀ ਦੁਨੀਆ ਭਾਵੇਂ ਤੁਸੀਂ ਇੰਡੀਆ ਚ ਸਰਜਰੀ ਕਰਾਉਂਦੇ ਹੋ ਭਾਵੇਂ ਕਿਸੇ ਹੋਰ ਕੰਟੀਨਗਰ ਸਰਜਰੀ ਦਾ ਪ੍ਰਿੰਸੀਪਲ ਸੇਮ ਰਹਿੰਦਾ ਜੀ ਤੇ ਇੱਕ ਦੂਜੇ ਦੇ ਨਤੀਜੇ ਵੇਖ ਕੇ ਲੋਕਾਂ ਨੂੰ ਕਾਫੀ ਜਿਹੜੀ ਹੈ ਆਪਣਾ ਮੋਟੀਵੇਸ਼ਨ ਮਿਲਦੀ ਹੈ ਤੇ ਸਰਜਰੀ ਵਾਲੋ ਉਤਸ਼ਾਹਿਤ ਹੁੰਦੇ ਆ ਬਿਲਕੁਲ ਸਹੀ ਅੱਛਾ ਇੱਕ ਗੱਲ ਦੱਸੋ ਰੌਕ ਸਾਬ ਕਿ ਇਹ ਜਦੋਂ ਆਪਾਂ ਮੋਟਾਪੇ ਦੀ ਗੱਲ ਕਰਦੇ ਆ ਤਾਂ ਇੱਕ ਚੀਜ਼ ਆਮ ਦੇਖਣ ਚਾਹੁੰਦੀ ਕਿ ਸ਼ਾਇਦ ਜਿਹੜੀ ਪੰਜਾਬੀ ਕਮਿਊਨਿਟੀ ਹੈ ਇਹਦੇ ਜੀਨਸ ਦੇ ਵਿੱਚ ਹੀ ਕੁਝ ਇਹੋ ਜਿਹਾ ਰੋਲਾ ਪੈ ਗਿਆ ਕਿ ਵੀ ਆਪਾਂ ਬਾਕੀ ਕਮਿਊਨਿਟੀਜ਼ ਦੇਖਦੇ ਆਂ ਚਾਹੇ ਆਪਾਂ ਇੰਡੀਆ ਦੀ ਗੱਲ ਕਰ ਲਈ ਚਾਹੇ ਇੰਡੀਆ ਤੋਂ ਬਾਹਰ ਦੀ ਗੱਲ ਕਰ ਲਈਏ ਉਹਨਾਂ ਲੋਕਾਂ ਦਾ ਮੋਟਾਪਾ ਕਿਸੇ ਹੋਰ ਤਰ੍ਹਾਂ ਦਾ ਪਰ ਜਿਹੜਾ ਪੰਜਾਬੀਆਂ ਦਾ ਮੋਟਾਪਾ ਉਹ ਸ਼ਾਇਦ ਦਿਸਦਾ ਨਹੀਂ ਹੈ ਜਿੰਨਾ ਹਾਨੀਕਾਰਕ ਇਹ ਫਰਕ ਹੈ ਬਿਲਕੁਲ ਤੁਸੀਂ ਠੀਕ ਗੱਲ ਕਹਿ ਰਹੇ ਹੋ ਜਿਹੜੇ ਜੈਨੇਟਿਕ ਰੀਜ਼ਨ ਹੈ ਉਹ ਬਹੁਤ ਵੱਡਾ ਕਾਰਨ ਸਾਡੇ ਓਬੈਸਟੀ ਦਾ ਮੋਟਾਪੇ ਦਾ ਜੀ ਸਾਡੀ ਸਾਇੰਸ ਵੀ ਇਹੀ ਕਹਿੰਦੀ ਹੈ ਡਾਟਾ ਵੀ ਇਹੀ ਕਹਿੰਦਾ ਹੈ ਵੀ ਸਿਰਫ ਤੁਹਾਡੇ ਇਸ ਖਰਾਕ ਕਰਕੇ ਆਈ ਐਕਸਰਸਾਈਜ਼ ਨਾ ਕਰਕੇ ਮोटापा ਨਹੀਂ ਆਉਂਦਾ ਜ਼ਰੂਰ ਆਉਂਦਾ ਹੈ ਪਰ ਜਿਹੜਾ ਵੱਡਾ ਕਾਰਨ ਹੈ 60% ਕਾਰਨ ਹੈਗਾ ਉਹ ਤੁਹਾਡਾ ਜੈਨੇਟਿਕ ਰੀਜ਼ਨ ਹੈ ਤੇ ਅਨਫੋਰਚੂਨੇਟਲੀ ਅਸੀਂ ਕਹਿ ਸਕਦੇ ਹਾਂ ਵੀ ਪੰਜਾਬੀਆਂ ਦੇ ਵਿੱਚ ਵੀ ਜੇ ਅਸੀਂ ਇੰਡੀਅਨਸ ਵਿੱਚ ਦੇਖੀਏ ਤਾਂ ਸਭ ਤੋਂ ਜ਼ਿਆਦਾ ਇਸ ਵੇਲੇ ਮोटापा ਪੰਜਾਬੀਆਂ ਵਿੱਚ ਹੀ ਵੇਖਿਆ ਜਾਂਦਾ ਜੀ ਜੀ ਉਹਦਾ ਕੁਝ ਕਰਨ ਦਾ ਸਾਡੇ ਡਾਈਟ ਦਾ ਵੀ ਹੈਗਾ ਰਿਚ ਡਾਈਟ ਹੈ ਇਹ ਜਿਸੀ ਕਿ ਉਹ ਮੱਖਣ ਨਹੀਂ ਵਰਤੋਂ ਜ਼ਿਆਦਾ ਕਰਦੇ ਆ ਪਰ ਕੁਝ ਸਾਡਾ ਜੈਨੇਟਿਕ ਰੀਜ਼ਨ ਵੀ ਹੈ ਜਿਸ ਕਰਕੇ ਸਾਡੇ ਜਿਹੜੇ ਓਬੈਸਟੀ ਜੀਨਸ ਐ ਉਹ ਬੱਚਿਆਂ ਵਿੱਚ ਪਾਸ ਹੋ ਜਾਂਦੇ ਆ ਭਾਵੇਂ ਤੁਸੀਂ ਪ੍ਰੋਪਰ ਡਾਈਟ ਕਰਦੇ ਆ ਐਕਸਰਸਾਈਜ਼ ਕਰਦੇ ਆ ਫਿਰ ਵੀ ਤੁਹਾਨੂੰ ਮੋਟਾਪਾ ਆਉਣ ਦੇ ਜਿਹੜੇ ਚਾਂਸਸ ਐ ਉਹ ਬਣੇ ਹੀ ਰਹਿੰਦੇ ਆ ਬਿਲਕੁਲ ਸਹੀ ਸੋ ਭਾਵੇਂ ਪੰਜਾਬੀ ਕਮਿਊਨਿਟੀ ਐ ਜਾਂ ਜੇ ਜਿਸੀਂ ਆਪਣੇ ਆਪ ਨੂੰ ਅਸੀਂ ਅਮਰੀਕਨਸ ਨਾਲ ਜਾਂ ਯੂਰੋਪੀਅਨਸ ਨਾਲ ਕੰਪੇਅਰ ਕਰਦੇ ਆ ਜਿਹੜੇ ਗੋਰੀਏ ਰੇਸ ਐ ਜਿਹੜੇ ਕੋਕੇਸ਼ਨਸ ਐ ਉਹਨਾਂ ਦਾ ਮੋਟਾਪਾ ਹੈਗਾ ਉਹ ਸੈਂਟਰਲ ਓਬੈਸਟੀ ਨਹੀਂ ਹੁੰਦੀ ਅਨਲਾਈਕ ਜਿਵੇਂ ਸਾਡੇ ਏਸ਼ੀਅਨ ਜੇਂਡ ਇਹਦੇ ਗੇਰਦ ਸਾਡੇ ਫੈਟ ਜਿਆਦਾ ਜਮ੍ਹਾਂ ਹੁੰਦੀ ਹੈ ਜੋ ਕਿ ਇੱਕ ਜਿਆਦਾ ਨੁਕਸਾਨਦਾਇਕ ਚੀਜ਼ ਹੈ। ਕੋਈ ਜੋ ਸੈਂਟਰਲ ਓਬੈਸਟੀਟੀ ਵੱਧਦੀ ਹੈ ਸਾਨੂੰ ਸ਼ੂਗਰ ਵਰਗੇ ਰੋਗ ਹੋਣ ਦੇ ਚਾਂਸਸ ਜਿਆਦਾ ਵੱਧ ਜਾਂਦੇ ਆ। ਜੀ। ਪਰ ਜੇ ਸਾਡੇ ਪੈਰੀਫੇਰਲ ਓਬੈਸਟੀਟੀ ਜਿਹੜੇ ਆਪ ਗੋਰਿਆਂ ਵਾਂਗੂੰ ਹੁੰਦੀਆਂ ਜਿਹੜੇ ਕੋਕੀਸ਼ਨਸ ਦੇ ਹੱਥ ਪੈਰ ਜਿਹੜੇ ਮੋਟੇ ਹੁੰਦੇ ਆ ਉਹਨੂੰ ਅਸੀਂ ਪੈਰੀਫੇਰਲ ਓਬੈਸਟੀਟੀ ਕਹਿੰਨੇ ਆ। ਉਹ ਜਿਹੜਾ ਕਾਰਨ ਆ ਉਹ ਨਾਲ ਸ਼ੂਗਰ ਘੱਟ ਹੁੰਦੀ ਹੈ। ਉਹ ਨੁਕਸਾਨਦਾਇਕ ਐਸ ਕੰਪੇਅਰਡ ਟੂ ਸੈਂਟਰਲ ਓਬੈਸਟੀਟੀ ਉਹ ਘੱਟ ਹੁੰਦੀ ਹੈ। ਲਗੂ ਸੀ ਮੈਂ ਦੱਸ ਦਿਆਂ ਜੀ ਆਪਣੇ ਦਰਸ਼ਕਾਂ ਨੂੰ ਕਿ ਇਸ ਵਕਤ ਤੁਸੀਂ ਇਹ ਜਿਹੜਾ ਲਾਈਵ ਪ੍ਰੋਗਰਾਮ ਦੇਖ ਰਹੇ ਹੋ ਤੁਹਾਡੇ ਜ਼ਿਹਨ 'ਚ ਕੋਈ ਵੀ ਸਵਾਲ ਆਵੇ ਇਹ ਇਸ ਸਰਜੀ ਨਾਲ ਸੰਬੰਧਿਤ ਜਾਂ ਮੋਟਾਪੇ ਨਾਲ ਸੰਬੰਧਿਤ ਤਾਂ ਤੁਸੀਂ ਡੈਫੀਨੇਟਲੀ ਪੁੱਛ ਸਕਦੇ ਹੋ ਚਾਹੇ ਕਮੈਂਟ ਦੇ ਰੂਪ ਵਿੱਚ ਪੁੱਛ ਲੈਣਾ ਜਾਂ ਫਿਰ ਤੁਸੀਂ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਤੇ ਜੇ ਤੁਸੀਂ ਬਾਅਦ ਦੇ ਵਿੱਚ ਡਿਟੇਲ ਚ ਗੱਲਬਾਤ ਕਰਨੀ ਚਾਹੋ ਤਾਂ ਜੰਮੂ ਹਸਪੀਟਲ ਦੇ ਜਿਹੜੇ ਨੰਬਰ ਨੇ ਉਹ ਵੀ ਸਕਰੀਨ ਦੇ ਉੱਪਰ ਆ ਰਹੇ ਨੇ ਤੁਸੀਂ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਆਪਣੇ ਕੇਸ ਦੇ ਬਾਰੇ ਗੱਲ ਕਰ ਸਕਦੇ ਹੋ ਇੱਕ ਡਾਕਟਰ ਮੇਰਾ ਖਿਆਲ ਜਿਹੜਾ ਸਭ ਤੋਂ ਵੱਡਾ ਹੋਊਗਾ ਨਾ ਉਹ ਆ ਕਿ ਵੀ ਅੱਛਾ ਉੱਥੇ ਜਾਵਾਂਗੇ ਫਿਰ ਉੱਥੇ ਡਾਕਟਰ ਹੋਣਗੇ ਫਿਰ ਉਹ ਬੇਹੋਸ਼ ਕਰ ਦੇਣਗੇ ਫਿਰ ਉਹ ਪਤਾ ਨਹੀਂ ਕੀ ਕਰ ਦੇਣਗੇ ਆਦਾ ਡਰ ਤਾਂ ਇਸੇ ਚੀਜ਼ ਦਾ ਹੀ ਹੁੰਦਾ ਜਿਹਦਾ ਕਰਕੇ ਬੰਦਾ ਨਹੀਂ ਜਾਂਦਾ ਇਹ ਇਹ ਡਰ ਕਿੰਨਾਕ ਤੁਸੀਂ ਲੱਗਦਾ ਹੈ ਕਿ ਵੀ ਹੁਣ ਲੋਕਾਂ ਚ ਨਿਕਲਿਆ ਜਾਂ ਜੇ ਅੱਜ ਇਸ ਵਕਤ ਆਪਣੇ ਸੁਣਨ ਵਾਲਿਆਂ ਨੂੰ ਤੁਸੀਂ ਕੋਈ ਸਮਝਾਉਣਾ ਚਾਹੋ ਕਿ ਕਿੰਨਾ ਕੋਖਾ ਸੌਖਾ ਪ੍ਰੋਸੀਜਰ ਹੈ ਅ ਦੇਖੋ ਗੁਰਪ੍ਰੀਤ ਜਿਹੜਾ ਪ੍ਰੋਸੀਜਰ ਹੈ ਜੇ ਬੰਦਾ ਸੇ ਦੁਨੀਆ ਪਰ ਚ ਸੇਮ ਪ੍ਰੋਸੀਜਰ ਕੀਤਾ ਜਾਂਦਾ ਹੁਣ ਕਿਉਂਕਿ ਲੋਕਾਂ ਨੂੰ ਅਵੇਅਰਨੈਸ ਹੈ ਐਜੂਕੇਟਿਡ ਹੈ ਉਹਨਾਂ ਦੇ ਰਿਸ਼ਤੇਦਾਰ ਯਾਰ ਦੋਸਤ ਸੱਚੀ ਕਰਾ ਕੇ ਜਾਂਦੇ ਆ ਜਰੂਰ ਵਰਡ ਆਫ ਮਾਊਥ ਦਾ ਵੀ ਅਸਰ ਪੈਂਦਾ ਜਦੋਂ ਕਨਵਿੰਸ ਹੋ ਕੇ ਆਉਂਦੇ ਆ ਤੇ ਜੋ ਅੱਜ ਤੋ ਸਾਨੂੰ 8-10 ਸਾਲ ਪਹਿਲੇ ਜੋਰ ਲਾ ਕੇ ਸਮਝਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਟਿਕਾਣਾ ਪੈਂਦਾ ਸੀ ਵੀ ਤੁਸੀਂ ਸਮਝੋ ਤੇ ਤੁਹਾਨੂੰ ਕੋਈ ਸੇਫ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਅੱਜ ਦੀ ਡੇਟ ਦੇ ਵਿੱਚ ਮੈਂ ਦੇਖਿਆ ਕਾਫੀ ਹੱਦ ਤੱਕ ਚੇਂਜ ਹੋ ਚੁੱਕਾ ਹਾਂ ਕੁਝ ਲੋਕ ਹਜੇ ਵੀ ਜਰੂਰ ਡਰਦੇ ਆ ਵੀ ਸ਼ਾਇਦ ਆਪਰੇਸ਼ਨ ਦੌਰਾਨ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆ ਜਾਏ ਕੋਈ ਕੰਪਲਿਕੇਸ਼ਨ ਨਾ ਹੋ ਜਾਏ ਸੋ ਉਹਨਾਂ ਦੇ ਨੋਲੇਜ ਵਾਸਤੇ ਮੈਂ ਦੱਸਣਾ ਚਾਹਨਾ ਵੀ ਅੱਜ ਦੀ ਡੇਟ ਦੇ ਵਿੱਚ ਜੇ ਸੀ ਆਪਣੇ ਸੈਂਟਰ ਦੇ ਵਿੱਚ ਦੇਖੀਏ ਤਾਂ ਅਸੀਂ ਦੁਨੀਆ ਦੇ ਸਭ ਤੋਂ ਬੈਸਟ ਟੈਕਨੋਲੋਜੀ ਜੇ ਸੀ ਯੂਜ਼ ਕਰਦੇ ਹਾਂ ਜਿਹਨਾਂ ਜਿਹੜੇ ਸਾਡੇ ਆਪਰੇ ਉਹ ਕਾਫੀ ਤੇਜ਼ ਵੀ ਹੁੰਦੀ ਹੈ ਜਿਹੜਾ ਕੰਮ 1.5-2 ਘੰਟੇ ਚ ਹੁੰਦਾ ਉਹ 20-25 ਮਿੰਟ ਚ ਹੋ ਜਾਂਦਾ ਉਹ ਨਾਲ ਐਕਿਊਰੇਸੀ ਵੱਧ ਜਾਂਦੀ ਹੈ ਬਿਹੋਸ਼ੀ ਕਰਨ ਦੀ ਟੈਕਨੋਲੋਜੀ ਬਹੁਤ ਐਡਵਾਂਸ ਆ ਗਈਆਂ ਗੈਸਿਸ ਬੜੀਆਂ ਐਡਵਾਂਸ ਆ ਗਈਆਂ ਜਿਸ ਦੇ ਕਰਕੇ ਖਰਚਾ ਜ਼ਰੂਰ ਥੋੜਾ ਜਿਆਦਾ ਭਾਵੇਂ ਨਾਰਮਲ ਨਾਲੋਂ ਜ਼ਿਆਦਾ ਹੁੰਦਾ ਪਰ ਤੁਹਾਡੀ ਸੇਫਟੀ ਪ੍ਰੋਫਾਈਲ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਇਸੇ ਤਰ੍ਹਾਂ ਦਵਾਈਆਂ ਦਾ ਹਸਪਤਾਲ ਦੀ ਹਾਈਜਨ ਦਾ ਸਟਾਫ ਦੀ ਕੁਆਲੀਫਿਕੇਸ਼ਨ ਦਾ ਟ੍ਰੇਨਿੰਗ ਦਾ ਇਨਫਰਾਸਟ੍ਰਕਚਰ ਦਾ ਇੰਪਰੂਵਮੈਂਟ ਹੋਣ ਦੇ ਨਾਲ ਜਿਹੜਾ ਪੇਸ਼ੈਂਟ ਦੀ ਸੇਫਟੀ ਹੈ ਉਹ ਕਾਫੀ ਹੱਦ ਤੱਕ ਇੰਪਰੂਵ ਆ ਜਿਹੜਾ ਮੈਸੇਜ ਮੈਂ ਦੇਣਾ ਚਾਹਨਾ ਵੀ ਜੇ ਤੁਸੀਂ ਆਪਰੇਸ਼ਨ ਭਾਵੇਂ ਇੰਡੀਆ ਚ ਕਰਾਉਂਦੇ ਹੋ ਜਾਂ ਤੁਸੀਂ ਆਪਣੇ ਕੰਟਰੀ ਕਿਸੇ ਅਮਰੀਕਾ ਕੈਨੇਡਾ ਚ ਕਰਾਉਂਦੇ ਹੋ ਮੇਰੇ ਖਿਆਲ ਚ ਜਿਹੜਾ ਸੇਫਟੀ ਪ੍ਰੋਫਾਈਲ ਹੈ ਉਹ ਆਲਮੋਸਟ ਸੇਮ ਹੈ ਹਸਪੀਟਲ ਫੈਸਿਲਿਟੀਆਂ ਵੀ ਸੇਮ ਹੈ ਮਸ਼ੀਨਰੀ ਵੀ ਸੇਮ ਹੈ ਰਾਦਰ ਅਸੀਂ ਬੈਟਰ ਕਰਨ ਦੀ ਐਵਰੀ ਡੇ ਆਪਣੇ ਆਪਣੇ ਕੋਸ਼ਿਸ਼ ਕਰਦੇ ਹਾਂ ਹੂੰ ਹੂੰ ਆਹ ਆਖੋ ਮੈਨੂੰ ਲੱਗਦਾ ਹੈ ਕਿ ਆਪਾਂ ਵੈਸੇ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਰਹੇ ਨੇ ਕਿ ਤਾਂ ਜੋ ਆਪਾਂ ਜਿਹੜੇ ਵੀ ਦਰਸ਼ਕ ਆਪਣੇ ਨਵੇਂ ਜੁੜਦੇ ਆ ਉਹਨੂੰ ਪਤਾ ਲੱਗ ਸਕੇ ਕਿ ਪ੍ਰੋਸੀਜਰ ਕਿਹੜਾ ਕਿਹੜਾ ਹੁੰਦਾ ਸੋ ਮੈਨੂੰ ਇਹ ਹੈ ਕਿ ਵੀ ਆਪਾਂ ਜ਼ਰੂਰ ਜੇ ਕੋਈ ਉਹਦੇ ਚੇਂਜ ਆਈ ਹੈ ਜਾਂ ਕੋਈ ਹੋਰ ਨਵੀਂ ਟੈਕਨੀਕ ਐਡ ਹੋਈ ਹੈ ਜਾਂ ਲੇਟੈਸਟ ਐਸ ਵਕਤ ਕਿਹੜੀ ਕਿਹੜੀ ਆਪਰੇਸ਼ਨ ਹੋ ਰਹੇ ਉਹਨਾਂ ਬਾਰੇ ਜ਼ਰੂਰ ਇਨਫੋਰਮੇਸ਼ਨ ਦਿਓ ਬਿਲਕੁਲ ਜਿਹੜੇ ਬਰੀਆਟ੍ਰਿਕ ਸਰਜਰੀ ਦਾ ਮਤਲਬ ਹੈ ਇੱਕ weight loss ਸਰਜਰੀ ਜੀ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਆਪਰੇਸ਼ਨ ਕੀਤੇ ਜਾਂਦੇ ਆ ਕੋਈ ਵੀ ਪੇਸ਼ੈਂਟ ਜੋ ਸਾਡੇ ਕੋਲ ਆਉਂਦਾ ਹੈ ਅਸੀਂ ਹਰ ਪੇਸ਼ੇਂਟ ਨੂੰ ਸਟੱਡੀ ਕਰਦੇ ਹਾਂ ਉਹਦੀ ਹਿਸਟਰੀ ਲੈਂਦੇ ਹਾਂ ਉਹਦੀ ਫੈਮਿਲੀ ਨਾਲ ਗੱਲਬਾਤ ਕਰਦੇ ਹਾਂ ਉਹਨੂੰ ਮਟਾਪਾ ਕਿਉਂ ਆਇਆ ਕੀ ਕਾਰਨਾਂ ਕਰਕੇ ਮਟਾਪਾ ਆਇਆ ਤੇ ਮਟਾਪੇ ਨਾਲ ਉਹਨੂੰ ਕਿਹੜੀਆਂ ਬਿਮਾਰੀਆਂ ਲੱਗ ਗਈਆਂ ਜਾਂ ਲੱਗਣ ਦਾ ਡਰ ਹੁੰਦਾ ਜਿਵੇਂ ਸ਼ੂਗਰ ਆ ਕਰਾੜੇ ਆ ਬਲੱਡ ਪ੍ਰੈਸ਼ਰ ਆ ਕੋਲੇਸਟ੍ਰੋਲ ਆ ਜੋਇੰਟ ਪੇਨਸ ਆ ਬਾਂਝਪਨ ਹੈ ਕਿਹੜੇ ਏਜ ਗਰੁੱਪ ਨੂੰ ਬਿਲੋਂਗ ਕਰਦਾ ਹੈ ਯੰਗ ਹੈ ਕਿ ਮੀਡਲ ਏਜ ਹੈ 올ਡ ਏਜ ਹੈ ਉਸ ਉਹਦੇ ਆਧਾਰ ਤੇ ਜਿਹੜੇ ਅਸੀਂ ਉਹ ਜਿਹੜਾ ਪ੍ਰੋਸੀਜਰ ਹੈ ਉਹਨੂੰ ਅਸੀਂ ਪ੍ਰੈਸਕ੍ਰਾਈਬ ਕਰਦੇ ਹਾਂ ਜੀ ਲੋਕਾਂ ਦੇ ਨੌਲੇਜ ਵਾਸਤੇ ਮੈਂ ਦੱਸ ਦਿੰਦਾ ਆਪਰੇਸ਼ਨ ਅਜਕਲ ਬਹੁਤ ਜ਼ਿਆਦਾ ਕਾਮਨਲੀ ਪਰਫਾਰਮ ਕੀਤੇ ਜਾਂਦੇ ਆ ਉਹਨਾਂ ਚ ਕੁਝ ਹੈਗੇ ਆ ਜਿਵੇਂ ਮਿੰਨੀ ਗੈਸਟ੍ਰਿਕ ਬਾਈਪਾਸ ਜਿਹੜਾ ਇੱਕ ਰਿਵਰਸੀਬਲ ਨੇਚਰ ਦਾ ਆਪਰੇਸ਼ਨ ਆ ਤਿੰਨ ਨੂੰ ਕੇਵਲ 20-25 ਮਿੰਟ ਲੱਗਦੇ ਆ ਉਸ ਤੋਂ ਇਲਾਵਾ ਗੈਸਟ੍ਰਿਕ ਸਲੀਵ ਰੈਸੈਕਸ਼ਨ ਆਪਰੇਸ਼ਨ ਆ ਜਿੱਚ ਅਸੀਂ ਡਾਈਟ ਦੀ ਅਮਾਉਂਟ ਹੈ ਮਾਤਰਾ ਉਹ ਕਟਾ ਦਿੰਨੇ ਆ ਰੂਬਰਨ ਵਾਈ ਗੈਸਟ੍ਰਿਕ ਬਾਈਪਾਸ ਆਪਰੇਸ਼ਨ ਆ ਅੱਜਕਲ ਕੁਝ ਐਂਡੋਸਕੋਪਿਕ ਪ੍ਰੋਸੀਜਰ ਬੜੇ ਉੱਪਰ ਕੇ ਆ ਰਹੇ ਆ ਜਿਨ੍ਹਾਂ ਵਿੱਚ ਕੋਈ ਕਟਵਟ ਨਹੀਂ ਕੀਤੀ ਜਾਂਦੀ ਉਹ ਵੀ ਆਪਰੇਸ਼ਨ ਕੀਤੇ ਜਾਂਦੇ ਆ ਸੋ ਪੇਸ਼ੈਂਟ ਤੇ ਡਿਪੈਂਡ ਕਰਦਾ ਹੈ ਉਹਨੂੰ ਕਿਹੜਾ ਪ੍ਰੋਸੀਜਰ ਉਹਦੇ ਲਈ ਬੈਸਟ ਸੂਟ ਕੀਤਾ ਹੈ ਹਰ ਇੱਕ ਆਪਰੇਸ਼ਨ ਹਰ ਇੱਕ ਤੇ ਨਹੀਂ ਕੀਤਾ ਜਾ ਸਕਦਾ ਜੀ ਜੋ ਇਹ ਪੇਸ਼ੈਂਟ ਆਂਦਾ ਉਹਨੂੰ ਸਿਰਫ ਭੁੱਖ ਜਾਂ ਲੱਗਦੀ ਹੈ ਅਸੀਂ ਭੁੱਖ ਕੰਟਰੋਲ ਕਰਨ ਦਾ ਆਪਰੇਸ਼ਨ ਕਰਦੇ ਹਾਂ 20 ਪੇਸ਼ੈਂਟ ਆਂਦਾ ਉਹਨੂੰ ਭੁੱਖ ਜ਼ਿਆਦਾ ਨਹੀਂ ਖਾਂਦਾ ਪਰ ਕਹਿੰਦਾ ਪਾਣੀ ਵੀ ਕਿਉਂ ਵੰਗ ਲੱਗਦਾ ਉਹ ਤੇ ਅਲੱਗ ਤਰ੍ਹਾਂ ਦਾ ਆਪਰੇਸ਼ਨ ਕੀਤਾ ਜਾਂਦਾ ਜੀ ਮਤਲਬ ਇਹ ਇਹ ਗੱਲ ਦੱਸੋ ਕਿ ਵੀ ਇਹ ਜਿਹੜੇ ਵੀ ਪ੍ਰੋਸੀਜਰ ਨੇ ਇਹਦੇ ਲਈ ਡਿਸਾਈਡ ਪੇਸ਼ੈਂਟ ਨੇ ਕਰਨਾ ਹੁੰਦਾ ਜਾਂ ਫਿਰ ਹਸਪੀਟਲ ਆ ਕੀ ਪਤਾ ਲੱਗਦਾ ਕਿ ਕੀ ਹੋਊਗਾ ਆ ਦੋਨਾਂ ਦੀ ਅਸੀਂ ਕਾਉਂਸਲਿੰਗ ਹੁੰਦੀ ਹੈ ਪੇਸ਼ੈਂਟ ਦੀ ਇਹ ਦੱਸਿਆ ਜਾਂਦਾ ਜਿਹੜਾ ਡਾਕਟਰ ਹੈਗਾ ਉਹ ਨਾ ਸਮਝਾਂਦਾ ਵੀ ਆਹ ਵਾਲੇ ਆਪਰੇਸ਼ਨ ਤੋਂ ਨੂੰ ਆ ਫਾਇਦੇ ਹੋਣੇ ਵੈ ਆਹ ਵੈ ਤਨੇ ਕੋਈ ਲੋ ਕਮਿਟਮੈਂਟਸ ਵੀ ਲੈਣੀਆਂ ਆ ਕੁਝ ਆਪਰੇਸ਼ਨ ਵਿੱਚ ਵਿਟਾਮਿਨਸ ਚੱਲਦੇ ਆ ਲਾਈਫਲੋਂਗ ਵਿਟਾਮਿਨਸ ਚੱਲਦੇ ਆ ਸਾਨੂੰ ਵਾਂਸ ਇਅਰ ਬਲੱਡ ਵਰਕ ਕਰਾਉਣਾ ਪੈਂਦਾ ਜੀ ਕੁਝ ਬਿਲਕੁਲ ਜਿਹੜੇ ਚਾਈਲਡਹੂਡ ਜਿਹੜੀ ਓਬੈਸਟੀ ਹੋਂਦੀ ਹੈ ਬਚਪਨ ਜਿਹੜਾ ਹੁੰਦਾ ਮਟਾਪਾ ਉਹ ਬੱਚੇ ਕਈ ਵਾਰੀ ਸਰਵਸੀ ਡਾਈਟ ਕੰਟਰੋਲ ਕਰਨ ਲਈ ਆਪਰੇਸ਼ਨ ਕਰਦੇ ਆ ਉਹਨਾਂ ਚ ਅਸੀਂ ਪਾਚਣ ਘਟਾਉਂਦੇ ਐਬਸਾਰਪਸ਼ਨ ਘਟਾਉਂਦੇ ਤਾਂ ਕਿ ਉਹਨਾਂ ਦੇ ਬੋਡੀ ਚ ਕਿਸੇ ਤਰ੍ਹਾਂ ਦੀ ਵਿਟਾਮਿਨ ਦੀ ਡੈਫੀਸ਼ੈਂਸੀ ਜਾਂ ਮਿਨਰਲ ਡੈਫੀਸ਼ੈਂਸੀ ਕਰਕੇ ਗਏ ਸੇ ਗ੍ਰੋਥ ਤੇ ਅਸਰ ਨਾ ਪਵੇ ਜੀ ਜੀ ਸੋ ਪੇਸ਼ੈਂਟ ਦੇ ਰਜ਼ਾਮੰਦੀ ਉਹਦੀ ਫੈਮਿਲੀ ਦੇ ਰਜ਼ਾਮੰਦੀ ਵੀ ਕਿੰਨਾ ਕੰਪਲਾਈਐਂਟ ਪੇਸ਼ੈਂਟ ਆ ਕਿੰਨੇ ਸਾਨੂੰ ਫਾਲੋਅ ਅਪ ਕਰੂਗਾ ਕਿੰਨੇ ਗੱਲ ਗੱਲ ਸੁਣੂਗਾ ਉਹ ਸੇ ਆਧਾਰ ਤੇ ਅਸੀਂ ਆਪਰੇਸ਼ਨ ਕਰਦੇ ਆ ਕਈ ਸਾਈਡ ਦੇ ਐਕਸਰਸਾਈਜ਼ ਕੰਟਰੋਲ ਕਰਕੇ ਆਪੜਾ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਹੂੰ ਅੱਛਾ ਇੱਕ ਗੱਲ ਦੱਸੋ ਰਕਸਬ ਆਮ ਚਰਚਾ ਜੇ ਦੋ ਮੈਂ ਪਿੰਡਾਂ ਥਾਵਾਂ ਦੀ ਗੱਲ ਕਰਦਾ ਹੁਣ ਠੀਕ ਆ ਪਿੰਡਾਂ ਥਾਵਾਂ ਦੇ ਵਿੱਚ ਵੀ ਅਵੇਅਰਨੈਸ ਆ ਗਈ ਕਿਉਂਕਿ ਸੁਖਨ ਵਾਲਾ ਆਪਾਂ ਪੰਜਾਬੀ ਸਾਰੇ ਮੁਲਕਾਂ 'ਚ ਪਹੁੰਚ ਗਏ ਆ ਪਰ ਅਜੇ ਵੀ ਇਹ ਸੋਚਿਆ ਜਾਂਦਾ ਵੀ ਜਿਹੜੇ ਸੈਲੀਬ੍ਰਿਟੀਜ਼ ਨੇ ਨਾ ਇਹ ਉਹਨਾਂ ਦਾ ਕੰਮ ਹੈ ਆਪਾਂ ਕਈ ਵਾਰ ਦੇਖਦੇ ਆ ਬਹੁਤ ਸਾਰੇ ਸੈਲੀਬ੍ਰਿਟੀਜ਼ ਨੇ ਇਹ ਵਾਲਾ ਆਪਰੇਸ਼ਨ ਕਰਵਾਇਆ ਹੁੰਦਾ ਤੇ ਫਿਰ ਲੱਗਦਾ ਕਿ ਨਹੀਂ ਨਹੀਂ ਇਹ ਤਾਂ ਸੈਲੀਬ੍ਰਿਟੀਜ਼ ਦਾ ਕੰਮ ਹੈ ਆਮ ਬੰਦੇ ਲਈ ਨਹੀਂ ਹੈ ਤੇ ਉਹ ਜਿਹੜਾ ਇੱਕ ਇਹ ਵਾਲਾ ਪਾੜਾ ਹੈ ਇਹ ਤੁਹਾਡੇ ਵੀ ਕਦੀ ਹੋਰ ਨਜ਼ਰ ਚ ਆਉਂਦਾ ਉੱਥੇ ਬੈਠ ਕੇ ਵੀ ਕੋਈ ਬੰਦਾ ਆ ਕੇ ਗੱਲ ਕਰੇ ਵੇ ਇਸ ਦਾ ਸੋਚਦੇ ਹੀ ਡਾਕਟਰ ਸਾਹਿਬ ਇਹ ਪਤਾ ਨਹੀਂ ਕਿ ਡਾਕ ਮਹਿੰਗਾ ਹੋਣਾ ਇਹਦਾ ਸ਼ਾਇਦ ਕੋਈ بڑے ਕਲਾਕਾਰ ਜਾਂ ਸੈਲੀਬ੍ਰਿਟੀ ਖਰਾਉਂਦੇ ਆ ਕੋਈ ਇਦਾਂ ਦੀ ਗੱਲ ਆਉਂਦੀ ਹੈ ਅੱਜ ਨਹੀਂ ਹੁਣ ਲੋਕਾਂ ਨੂੰ ਇਹਨਾਂ ਫਰਕ ਪੈਂਦਾ ਸੈਲੀਬ੍ਰਿਟਿਸ ਕਰਕੇ ਜਿਹੜੇ ਸਰਜਰੀ ਆ ਫੇਮਸ ਬਹੁਤ ਹੋ ਗਈ ਹੈ ਜਦੋਂ ਲੋਕਾਂ ਨੇ ਆਪਣੇ ਸੈਲੀਬ੍ਰਿਟਿਸ ਮਨਪਸੰਦ ਐਕਟਰਸ ਨੂੰ ਦੇਖਿਆ ਵੀ ਬਿਲਕੁਲ ਸ਼ੇਪ ਅਪ ਹੋ ਗਿਆ ਜਿਹਨਾਂ ਬਹੁਤ ਜ਼ਿਆਦਾ ਓਵਰ weight ਸੀ ਐਕਸਪੈਕਟਿਡ ਵੀ ਨਹੀਂ ਸੀ ਇੰਨਾ ਭਾਰ 50 ਕਿਲੋ ਜਾਂ 100 ਕਿਲੋ ਕੋ ਲੂਜ਼ ਕਰ ਜਾਏਗਾ ਉਹ ਕਰਕੇ ਸਰਜਰੀ ਫੇਮਸ ਬਹੁਤ ਹੋ ਗਈ ਹੈ ਜੀ ਪਰ ਅੱਜ ਕੱਲ ਐਡਵਾਂਸਮੈਂਟ ਦੇ ਨਾਲ ਇੱਕ ਤਾਂ ਸਰਜਰੀ ਅਫੋਰਡੇਬਲ ਹੋ ਗਈ ਹੈ ਹਰ ਕੋਈ ਅਫੋਰਡ ਕਰ ਸਕਦਾ ਉਹ ਬਹੁਤ ਜ਼ਿਆਦਾ ਮਹਿੰਗੀ ਨਹੀਂ ਰਹੀ ਹੈ ਜੀ ਨਤੀਜੇ ਸਾਹਮਣੇ ਲੋਕਾਂ ਦੇ ਉਬਰ ਕੇ ਆ ਗਏ ਆ ਸੈਲੀਬ੍ਰਿਟੀਸ ਨੂੰ ਦੇਖ ਕੇ ਜਾਂ ਆਪਣੇ ਦੋਸਤਾਂ ਯਾਰ ਨੂੰ ਦੇਖ ਕੇ ਹਮ ਸੋ ਅੱਜ ਦੀ ਡੇਟ ਵਿੱਚ ਹਰ ਕੋਈ ਆਪਣਾ ਆਪ ਨੂੰ ਤੰਦਰੁਸਤ ਰੱਖਣਾ ਚਾਹੁੰਦਾ ਐ ਐਕਟਿਵ ਰਹਿਣਾ ਚਾਹੁੰਦਾ ਸੋਹਣਾ ਦਿਖਣਾ ਚਾਹੁੰਦਾ ਬਿਮਾਰੀ ਰਹਿਤ ਜ਼ਿੰਦਗੀ ਬਿਤਾਉਣਾ ਚਾਹੁੰਦਾ ਬਿਲਕੁਲ ਕਿ ਇੱਕ ਮਟਾਪਾ ਗ੍ਰਸ ਜਿਹੜਾ ਪੇਸ਼ੈਂਟ ਹੁੰਦਾ ਹੈ ਉਹਦੀ ਪ੍ਰੋਡਕਟਿਵਿਟੀ ਘਟ ਜਾਂਦੀ ਹੈ ਕੰਮ ਪੂਰੇ ਨਹੀਂ ਹੁੰਦੇ ਸਾਹ ਚੜਦਾ ਹੈ ਕੰਮ ਘਟ ਜਾਂਦੇ ਆ ਉਸ ਤੋਂ ਇਲਾਵਾ ਬਾਕੀ ਬਿਮਾਰੀਆਂ ਜਿਹੜੀਆਂ 슈ਗਰ ਜਾਂ ਬਲੱਡ ਪ੍ਰੈਸ਼ਰ ਵਗੈ ਇਹ ਲੱਗ ਜਾਂਦੀਆਂ ਉਹਤੇ ਹੋਰ ਵੀ ਖਰਚਾ ਹੋਣਾ ਸ਼ੁਰੂ ਹੋ ਜਾਂਦਾ ਸੋ ਜੇ ਅਸੀਂ ਇਸ ਖਰਚੇ ਵੱਲ ਜਾਈਏ ਤੇ ਜੇ ਤੁਸੀਂ weight loss ਸਰਜਰੀ ਕਰਾ ਕੇ weight ਘਟਾਣੇ ਆ ਤੇ ਮੇਰੇ ਖਾਤੇ 'ਤੇ ਬਾਕੀ ਦਵਾਈਆਂ ਠੀਕੇ ਜਿਹੜੇ ਹੋਰ ਬਿਮਾਰੀਆਂ ਤੇ ਖਰਚਾ ਹੁੰਦਾ ਉਹ ਵੀ ਤੁਹਾਡਾ ਕਾਫੀ ਘਟ ਜਾਂਦਾ ਹੈ। ਰਾਦਰ ਕੋਈ ਲਾਸ ਹੋਵੇ ਤੁਹਾਨੂੰ ਗੇ ਨਹੀਂ ਹੁੰਦਾ ਫਾਈਨੈਂਸ਼ਲੀ ਵੀ। ਜੀ। ਮਤਲਬ ਮੈਂ ਕਈ ਵਾਰਾ ਨਾ ਤੁਹਾਡੇ ਤੋਂ ਗੱਲਬਾਤ ਕਰਨ ਤੋਂ ਬਾਅਦ ਨਾ ਸੋਚਦਾ ਹਾਂ ਨਾ ਵੀ ਇਹਨੂੰ ਆਮ ਆਸਾਨ ਭਾਸ਼ਾ 'ਚ ਸਮਝਣਾ ਹੋਵੇ। ਤੇ ਇਹ ਨਹੀਂ ਕਿ ਜਿਵੇਂ ਗੱਡੀ ਦਾ ਇੰਜਨ ਹੋਣ ਵਾਲਾ ਤੇ ਆਪਾਂ ਆਖੀ ਨਵੇਂ ਕੋਈ ਨਹੀਂ ਤੇਲ ਪਾ ਪਾ ਸਾਰ ਲਓ ਤੇ ਮਾੜਾ ਮੋੜ ਨਟ ਬੋਲਟ ਕਸਾ ਕੇ ਸਾਰ ਲਓ। ਇਹ ਉਹ ਗੱਡੀ ਦਾ ਅੰਦਰਲਾ ਨੌਕਸ ਜਿਹੜਾ ਉਹ ਠੀਕ ਕਰਾ ਲਈਂ ਤੂੰ ਜਿਆਦਾ ਵਧੀਆ। ਬਿਲਕੁਲ ਕਿਉਂਕਿ ਉਹ ਨਾਲ ਤੁਹਾਡੇ ਜਿਹੜੇ ਲ ਸ 70 ਕਿਲੋ ਤੇ ਹੋਣਾ ਚਾਹੀਦਾ ਤੇ ਤੁਹਾਡਾ weight 130 ਕਿਲੋ ਹੋ ਗਿਆ ਉਹ 50 ਕਿਲੋ over weight ਦੇ ਨਾਲ ਜਿਹੜੇ ਤੁਹਾਡੇ body ਤੇ ਨੁਕਸਾਨ ਆ ਗਏ ਆ ਜਿਵੇਂ ਤੁਹਾਡੇ heart ਜਲਦੀ fail ਹੋ ਸਕਦਾ ਜਿਹੜੇ ਫੇਫੜਿਆਂ ਤੇ ਅਸਰ ਪੈ ਸਕਦਾ ਤੁਹਾਡੇ joints ਤੇ ਅਸਰ ਪੈ ਸਕਦਾ ਉਹ 50 60 ਕਿਲੋ ਨਾਲ ਤੁਹਾਡੀ life ਨੂੰ ਪਿੱਛੇ ਲਜਾਇਆ ਜਾ ਸਕਦਾ ਤੁਹਾਡੀ ਜ਼ਿੰਦਗੀ ਦੇ ਜਿਹੜੇ ਸਾਲ ਆ ਉਹ ਕੱਟ ਸਕਦੇ ਆ ਸੋ ਜੇ ਤੁਸੀਂ ਉਹਨਾਂ ਤੋਂ safe ਰਹਿਣਾ ਚਾਹੁੰਦੇ ਹੋ ਤੇ productive ਰਹਿਣਾ ਚਾਹੁੰਦੇ ਹੋ active ਰਹਿਣਾ ਚਾਹੁੰਦੇ ਆ ਆਪਣੇ ਸਾਰੇ ਕੰਮਕਾਜ ਆਪ ਰਹਿਣਾ ਕਰਨਾ ਚਾਹੁੰਦੇ ਹੋ ਤਾਂ ਮੇਰੇ ਖਿਆਲ ਸਰਜਰੀ ਹੈਲਪ ਲੈ ਕੇ ਬਹੁਤ ਵੱਡੀ ਸਿਆਣਾ ਪਰ ਇੱਕ ਆ ਹਰਦੀਪ ਸਿੰਘ ਹੀ ਪੁੱਛ ਰਿਹਾ ਕੋਈ ਬਾਡੀ ਫੈਟ ਮੈਜ਼ਰ ਕਰਨ ਦਾ ਕੋਈ ਬੈਸਟ ਮੈਥਡ ਹੈਗਾ ਜੀ ਬਿਲਕੁਲ ਹਰਦੀਪ ਜੀ ਅੱਜ ਕੱਲ ਬਹੁਤ ਅੱਛੀਆਂ ਮਸ਼ੀਨਾਂ ਲੱਗੀਆਂ ਹੋਈਆਂ ਹਸਪੀਟਲ ਦੇ ਵਿੱਚ ਵੀ ਕਈ ਜਿਮਸ ਸੈਂਟਰ ਚ ਵੀ ਲੱਗੀਆਂ ਹੋਈਆਂ ਤੁਸੀਂ ਉੱਥੇ ਜਾ ਕੇ ਆਪਣਾ ਬਾਡੀ ਕੰਪੋਜੀਸ਼ਨ ਅਨਾਲਿਸਿਸ ਟੈਸਟ ਹੁੰਦਾ ਮਸ਼ੀਨ ਹੁੰਦੀ ਹੈ ਜਿੱਥੇ ਜਾ ਕੇ ਤੁਸੀਂ ਆਪਣਾ ਹਾਈਟ weight ਜਦੋਂ ਭਰਦੇ ਹੋ ਤੇ ਮਸ਼ੀਨ ਦੇ ਉੱਪਰ ਕੁਝ ਮਿੰਟਾਂ ਲਈ ਖੜੇ ਹੋ ਕੇ ਤੁਹਾਡੇ ਬਾਡੀ ਦਾ ਪੂਰਾ ਕੰਪਲੀਟ ਅਨਾਲਿਸਿਸ ਆ ਜਾਂਦਾ ਤੁਹਾਡੇ ਬਾਡੀ ਚ ਮਸਲ ਮਾਸ ਕਿੰਨੇ ਆ ਬੋਨ ਮਾਸ ਕਿੰਨਾ ਫੈਟ ਮਾਸ ਕਿੰਨੇ ਆ ਕਿਹੜੇ ਆਰਗਨ ਤੇ ਲੱਤ ਤੇ ਜ਼ਿਆਦਾ ਜਾਂ ਬਾਹਾਂ ਤੇ ਜ਼ਿਆਦਾ ਜਾਂ ਪੇਟ ਤੇ ਜ਼ਿਆਦਾ ਛਾਤੀ ਤੇ ਜ਼ਿਆਦਾ ਉਹ ਸਾਰਾ ਡਿਟੇਲ ਵਾਈਜ਼ ਆ ਜਾਂਦਾ ਤੁਹਾਨੂੰ ਪਤਾ ਚੱਲ ਜਾਂਦਾ ਵੀ ਤੁਹਾਡੇ ਬਾਡੀ ਦੇ ਕਿੱਥੇ ਮਸਲ ਦੀ ਲੋੜ ਆ ਕਿੱਥੇ ਫੈਟ ਘਟਾਉਣ ਦੀ ਲੋੜ ਆ ਉਹ ਤੁਹਾਨੂੰ ਸਾਰਾ ਡਿਟੇਲ ਨਾਲ ਉਹਨੂੰ ਬਾਡੀ ਕੰਪੋਜੀਸ਼ਨ ਅਨਾਲਿਸਿਸ ਟੈਸਟ ਕਿਹਾ ਜਾਂਦਾ ਉਹ ਆਮ ਜਿਮਸ ਦੇ ਵਿੱਚ ਜਾਂ ਕੁਝ ਹਸਪੀਟਲ ਚ ਮਸ਼ੀਨ ਹੁੰਦੀ ਹੈ ਪਈ ਹੁੰਦੀ ਹੈ ਬਸ ਤੁਸੀਂ ਮਸ਼ੀਨ ਤੇ ਖੜੇ ਹੋਣਾ ਤੇ ਨਾਲ ਦੀ ਨਾਲ ਹੀ ਪਤਾ ਲੱਗ ਜਾਣਾ ਅੱਛਾ ਇੱਕ ਚੀਜ਼ ਮੈਂ ਜ਼ਰੂਰ ਤੁਹਾਨੂੰ ਪੁੱਛਣੀ ਚਾਹਾਂ ਰਾਕ ਸਾਹਿਬ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦੀ ਗੱਲ ਕਰਦੇ ਹੋ ਨਾਲ ਨਾਲ ਕਿ 슈ਗਰ ਹੈ ਜਾਂ ਬਲੱਡ ਪ੍ਰੈਸ਼ਰ ਹੈ ਜਾਂ ਕੋ ਹਾਰਟ ਦੀ ਪ੍ਰੋਬਲਮ ਹੈ ਇਹ ਵਾਲੀਆਂ ਬਿਮਾਰੀਆਂ ਦਾ ਇਸ ਮੋਟਾਪੇ ਵਾਲੀ ਸਰਜਰੀ ਨਾਲ ਕੀ ਲਿੰਕ ਆ ਜਿਹੜੀਆਂ ਬਿਮਾਰੀਆਂ ਸ਼ੁਗਰ ਦਾ ਐਗਜ਼ਾਮਪਲ ਲਈਏ ਜਿਹੜਾ ਮੋਟਾਪਾ ਗ੍ਰਸਤ ਪੇਸ਼ੈਂਟ ਹੈ ਜਿਹੜਾ ਬਹੁਤ ਓਵਰ weight ਆ ਗਿਆ ਉਹਨੂੰ ਇਹ ਵਾਲੇ ਬਿਮਾਰੀਆਂ ਲੱਗਣ ਆਮ ਲੋਕਾਂ ਨਾਲੋਂ ਜਿਹੜਾ ਪਤਲਾ ਇਨਸਾਨ ਹੈ ਜਿਆਦਾ ਚਾਂਸਸ ਹੁੰਦੇ ਆ ਤੇ ਡਾਟਾ ਇਹ ਵੀ ਕਹਿੰਦਾ ਵੀ ਜਿਹੜਾ ਓਵਰ weight ਇਨਸਾਨ ਆ ਉਹਨੂੰ 슈ਗਰ ਵਰਗਿਆ ਕੋਲੇਸਟ੍ਰੋਲ ਵਰਗਿਆ ਬਲੱਡ ਪ੍ਰੈਸ਼ਰ ਵਰਗੇ ਰੋਗ ਹੋਣ ਦੇ ਚਾਂਸਸ ਆਮ ਲੋਕਾਂ ਨਾਲੋਂ ਤਕਰੀਬਨ ਡਬਲ ਟ੍ਰਿਪਲ ਚਾਂਸਸ ਹੁੰਦੇ ਆ ਜੀ ਸੋ ਜਿਹੜੇ ਅਸੀਂ ਮੋਟਾਪੇ ਦੀ ਸਰਜਰੀ ਕਰਦੇ ਆ ਸਿਰਫ ਉਹਨਾਂ ਮੋਟਾਪਾ ਦੂਰ ਨਹੀਂ ਹੁੰਦਾ ਮੈਂ बार-बार ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਜਿਹੜੇ ਸਾਡੇ ਅੰਦਰੂਨੀ ਮੈਟਾਬੋਲਿਕ ਪ੍ਰੋਬਲਮ ਹੈ ਜਿਨੂੰ ਅਸੀਂ 슈ਗਰ ਬਲੱਡ ਪ੍ਰੈਸ਼ਰ ਕਰਾਰੇ ਕੋਲੇਸਟ੍ਰੋਲ ਜੋਇਨ ਪੇਨ ਜਾਂ ਮਾਂਚਪਨ ਕਹਿੰਦੇ ਆ ਉਹ ਪ੍ਰੋਬਲਮ ਵੀ ਬਰੀਟ੍ਰਿਕ ਸਰਜਰੀ ਕੀਤੀ ਉਹਨਾਂ ਦਾ ਹੱਲ ਹੁੰਦਾ ਉਹ ਲੋਕੀ ਤੇ ਹੁੰਦੇ ਆ ਜਿਹੜੇ ਲੋਕੀ ਟਾਈਪ 2 슈ਗਰ ਕਰਕੇ ਇਨਸੂਲਿਨ ਉਹ ਗਿਆ ਜਾਂ ਹੋਰ ਦਵਾਈਆਂ ਤੇ ਹੁੰਦੇ ਆ ਉਹ ਦਵਾਈਆਂ ਸਟਾਪ ਹੋ ਜਾਂਦੀਆਂ ਜਿਹੜੇ 슈ਗਰ ਫਰੀ ਜਿਹੜੇ ਕਹਿੰਦੇ ਡਾਇਬੀਟਿਸ ਫਰੀ ਤਨ ਲਾਈਫ ਮਿਲਦੀ ਹੈ ਇਸੇ ਤਰ੍ਹਾਂ ਜਿਹੜਾ ਮੋਟਾਪਾ ਕਰਦਾ ਇਨਸਾਨ ਆ ਹੁਣ ਘਰਾੜਿਆਂ ਦੀ ਬਹੁਤ ਪ੍ਰੋਬਲਮ ਨੀਂਦ ਦੀ ਬਹੁਤ ਪ੍ਰੋਬਲਮ ਆ ਸਲੀਪ ਆਪਣੀਆਂ ਹੋ ਜਾਂਦਾ ਉਹ ਅਸੀਂ ਦੇਖਦੇ ਕੁਝ ਹਫ਼ਤਿਆਂ ਦੇ ਵਿੱਚ ਜਿਹੜੇ ਨਾਲ ਸਲੀਪ ਐਪਨੀਆਂ ਡਿਸਆਰਡਰ ਆ ਉਹ ਬਿਲਕੁਲ ਕਰੈਕਟ ਹੋ ਜਾਂਦਾ ਤੁਸੀਂ ਸਿਰਫ ਰਾਤ ਨੂੰ 7-8 ਘੰਟੇ ਦੀ ਨੀਂਦ ਲੈ ਕੇ ਤੁਸੀਂ ਗੁੱਡ ਫੀਲ ਕਰਦੇ ਆ ਦਿਨੇ ਤੁਹਾਨੂੰ ਡਰਾਈਵਿੰਗ ਕਰਦੇ ਆ ਪਰਦੇ ਆ ਗੱਲਾਂ ਕਰਦੇ ਆ ਨੀਂਦ ਨਹੀਂ ਆਉਂਦੀ ਸੋ ਇਹ ਜੋ ਬੜੀਆ ਮੈਟਾਬੋਲਿਕ ਪ੍ਰੋਬਲਮ ਹੈ ਹੁਣ ਜਿਹੜੀ ਐਕਸਟਰਨਲ ਫੈਟ ਆ ਉਹ ਤੁਹਾਨੂੰ ਦਿਸਦੀ ਸਾਡੇ ਸ਼ਰੀਰ ਤੇ ਆ ਗਈ ਹੈ ਪੇਟ ਤੇ ਆ ਗਈ ਲੱਤਾਂ ਬਾਹਾਂ ਤੇ ਤੁਹਾਨੂੰ ਦਿਸਣੀ ਸ਼ੁਰੂ ਹੋਏ ਪਰ ਇੱਕ ਇੰਟਰਨਲ ਫੈਟ ਆ ਜਿਹੜੀ ਸਾਡੇ ਖੂਨ ਦੀਆਂ ਨਾੜੀਆਂ ਚ ਵੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਵੀ ਤੁਹਾਡੇ ਕੋਲੇਸਟ੍ਰੋਲ ਵੱਧ ਗਿਆ ਜਾਂ ਬਲੱਡ ਪ੍ਰੈਸ਼ਰ ਵੱਧ ਗਿਆ ਜਿਸ ਦੇ ਕਰਕੇ ਖੂਨ ਦਾ ਜਿਹੜਾ ਬਹਾਅ ਹੈ ਉਹ ਵਾਈਟਲ অর্গান ਜਿਵੇਂ ਹਾਰਟ ਦੇ ਵਿੱਚ ਕੱਟ ਸਕਦਾ ਹੈਗਾ ਕੋਈ ਉਸੰਗੜ ਜਾਂਦੀ ਹੈ ਬਲੱਡ ਪੂਰਾ ਫਲੋ ਨਹੀਂ ਕਰਦਾ ਫਿਰ ਆਪਰੇਸ਼ਨ ਤੋਂ ਬਾਅਦ ਜਿਵੇਂ ਜਿਵੇਂ ਬਾਹਰਲੀ ਫੈਟ ਜਾਂਦੀ ਉਹ ਅੰਤਰੀ ਲੀ ਫੈਟ ਵੀ ਜਾ ਰਹੀ ਹੁੰਦੀ ਹੈ ਜਿਹਦੇ ਕਰਕੇ ਸਾਨੂੰ ਹਾਰਟ ਅਟੈਕ ਦੇ ਚਾਂਸਿਸ ਬਲੱਡ ਪ੍ਰੈਸ਼ਰ ਸਟ੍ਰੋਕ ਹੋਣ ਦੇ ਚਾਂਸਿਸ ਉਹ ਕਟਣੀ ਸ਼ੁਰੂ ਹੋ ਜਾਂਦੇ ਹੈ ਲਾਈਫ ਜਿਆਦਾ ਤੁਹਾਡੀ ਸੇਫ ਹੋ ਜਾਂਦੀ ਹੈ ਬਿਲਕੁਲ ਜੀ ਮੈਂ ਦੱਸ ਦਿਆਂ ਜੀ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨੂੰ ਕਿ ਪ੍ਰੋਗਰਾਮ ਤੁਸੀਂ ਲਾਈਵ ਦੇਖ ਰਹੇ ਹੋ ਤੇ ਇਸ ਵਕਤ ਅਸੀਂ ਗੱਲਬਾਤ ਕਰ ਰਹੇ ਹਾਂ ਮੋਟਾਪੇ ਨਾਲ ਸੰਬੰਧਿਤ ਡਾਕਟਰ ਜੀਐਸ ਜੰਮੂ ਜੰਮੂ ਹਸਪੀਟਲ ਦੇ ਅੰਦਰ ਤੋਂ ਆਪਣੇ ਨਾਲ ਨੇ ਐਂਡ ਮੋਟਾਪੇ ਦੀ ਸਰਜਰੀ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਉਹ ਕਿੰਨੀ ਅਫੋਰਡੇਬਲ ਹੋ ਚੁੱਕੀ ਹੈ ਕਿੰਨੀ ਸੇਫ ਹੋ ਚੁੱਕੀ ਹੈ ਤੇ ਪਲੱਸ ਉਹਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਉਹ ਵੀ ਆਟੋਮੈਟਿਕਲੀ ਠੀਕ ਹੋ ਜਾਂਦੀਆਂ ਨੇ ਜਿਨ੍ਹਾਂ ਦੇ ਲਈ ਸ਼ਾਇਦ ਆਪਾਂ ਤਾਂ ਉਮਰ ਸਿਰਫ ਸਿਰਫ ਦਵਾਈਆਂ ਖਾ ਖਾ ਕੇ ਆਪਣੇ ਸਰੀਰ ਨੂੰ ਖਰਾਬ ਕਰ ਲੈਂਦੇ ਹਾਂ ਇਹ ਕਿਥੇ ਇਸ ਤੋਂ ਪਹਿਲਾਂ ਇਕਤਾ ਜੀ ਦੇ ਲਈ ਮੈਸੇਜ ਹੈ ਇਕਤਾ ਜੀ ਦਾ ਮੈਸੇਜ ਸੀ ਉਹ ਸ਼ਾਇਦ ਮੋਟਾਪਾ ਜਿਹੜਾ ਉਹ ਪ੍ਰੈਗਨਨਸੀ ਤੋਂ ਬਾਅਦ ਨਹੀਂ ਕਿ ਡਿਲੀਵਰੀ ਤੋਂ ਬਾਅਦ ਆਉਂਦਾ ਮੋਸਟਲੀ ਲੇਡੀਆਂ ਦੇ ਵਿੱਚ ਉਹਦੇ ਲਈ ਵੀ ਕੋਈ ਤੁਸੀਂ ਸੁਜੈਸਟ ਕਰਦੇ ਹੋ ਜਾਂ ਉਹ ਉਸ ਤੋਂ ਬਾਅਦ ਆਪਣੇ ਆਪ ਹੀ ਉਹਨੂੰ ਐਕਸਰਸਾਈਜ਼ ਨਾਲ ਠੀਕ ਕਰਨਾ ਚਾਹੀਦਾ ਦੇਖੋ ਜਿਹੜਾ ਪੋਸਟ ਡਿਲੀਵਰੀ ਦੇ ਮੋਟਾਪਾ ਹੁੰਦਾ ਉਹ ਟੈਂਪਰੇਰੀ ਹੁੰਦਾ ਉਹ ਹਾਰਮੋਨਲ ਡਰਾਈਵ ਹੀ ਹੁੰਦੀ ਹੈ ਜੀ ਤੇ ਕੁਝ ਕਿਲੋ ਭਾਰ ਵੱਧਾ ਜਿਹੜੀ ਬਰੀਆਟ੍ਰਿਕ ਸਰਜਰੀ ਹੈ ਇਹ ਬਿਲਕੁਲ ਸੈਟ ਗਾਈਡਲਾਈਨਸ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਜੇ ਤੁਹਾਡਾ ਮੋਟਾਪਾ ਕਿਸੇ ਹੱਦ ਤੋਂ ਟੱਪ ਜਾਂਦਾ ਜਿਵੇਂ ਬਿਲਕੁਲ ਮਸਰਲ ਪਾਸ਼ਾ ਸਮਝਾਵਾਂ ਕਿ ਜੇ ਤੁਹਾਡਾ ਭਾਰ 60 ਕਿਲੋ ਹੋਣਾ ਚਾਹੀਦਾ ਸੀ ਤੇ ਜੇ ਤੁਹਾਡੇ ਪੈਨਡ 70 72 ਕਿਲੋ ਹੋ ਗਿਆ ਤਾਂ ਤੁਹਾਨੂੰ ਆਪਰੇਸ਼ਨ ਦੀ ਬਿਲਕੁਲ ਲੋੜ ਨਹੀਂ ਹੈ ਤੁਸੀਂ ਆਪਣੀ ਡਾਈਟ ਕੰਟਰੋਲ ਐਕਸਰਸਾਈਜ਼ ਕਰੋ ਤੇ ਕੁਝ ਮਹੀਨੇ ਦੇ ਸਮੇਂ ਨਾਲ ਤੁਹਾਡਾ ਸ਼ੈਲ ਪਰ ਲੂਜ਼ ਹੋ ਸਕਦਾ ਪਰ ਜੇ 60 ਕਿਲੋ ਵਾਲੇ ਇਨਸਾਨ ਦਾ ਭਾਰ 80 ਕਿਲੋ ਜਾਂ ਇਸ ਤੋਂ ਉੱਪਰ ਟੱਪ ਗਿਆ 85 90 100 ਜਾਂ ਹੋਰ ਹੋ ਗਿਆ ਤੇ ਭਾਰ ਥੱਲੇ ਨਹੀਂ ਆ ਰਿਹਾ विद डाइटिंग एंड एक्सरसाइज फेर तुसी सर्जरी हेल्प लेके ਜਦ ਆਪਣਾ weight ਉਹ lose ਕਰਨਾ ਚਾਹੀਦਾ 10 15 किलो ওভার weight ਵਾਸਤੇ ਤਾਂ ਅਸੀਂ ਸਰਜਰੀ ਪ੍ਰੈਸਕ੍ਰਾਈਬ ਨਹੀਂ ਕਰਦੇ ਅੱਛਾ ਇੱਕ ਗੱਲ ਦਸੂ ਰਕ ਸਰਜਰੀ ਦਾਂ ਤੁਸੀਂ ਇਹ ਕਹਨੇ ਹੋ ਕਿ ਬਾਅਦ ਵਿੱਚ ਸ਼ਾਇਦ ਵਿਟਾਮਿਨਸ ਖਾਣੇ ਪੈਂਦੇ ਆ ਜਾਂ ਉਸ ਤੋਂ ਬਾਅਦ ਰੈਗੂਲਰ ਆਪਣੀ ਸਿਹਤ ਦਾ ਖਿਆਲ ਰੱਖਣਾ ਪੈਂਦਾ ਤਾਂ ਜ਼ਿਆਦਾਤਰ ਆ ਜਿਹੜੇ ਚਲੋ ਪੰਜਾਬ ਵੀ ਜਾਂ ਪੰਜਾਬੋਂ ਬਾਹਰ ਵੀ ਜਿਨ੍ਹਾਂ ਨੇ ਥੋੜਾ ਜਿਹਾ ਮਿਹਨਤ ਵਾਲਾ ਕੰਮ ਕਰਨਾ ਹੁੰਦਾ ਪਤਾ ਹੁੰਦਾ ਕਿ ਵੀ ਠੀਕ ਹੈ ਮੈਂ ਮਿਹਨਤ ਵੀ ਕਰਦਾ ਪਰ ਸਰੀਰ ਜਿਹੜਾ ਹੈ ਉਹ ਮੋਟਾਪੇ ਦਾ ਸ਼ਿਕਾਰ ਹੋ ਚੁੱਕਾ ਸੋਚਦੇ ਵੀ ਹੋਣ ਕਿ ਆਪਾਂ ਸਰਜਰੀ ਕਰਵਾ ਲਈਏ ਪਰ ਕਈ ਵਾਰ ਬੰਦਾ ਇਹ ਦਿਮਾਗ ਦੇ ਵਿੱਚ ਰਹਿ ਜਾਂਦੀ ਕਿ ਹੋ ਸਕਦਾ ਬਾਅਦ ਦੇ ਵਿੱਚ ਮੇਰੇ 'ਚ ਕਮਜ਼ੋਰੀ ਆ ਜਵੇ ਕਿ ਜਿਹੜੀ ਚੀਜ਼ ਮੈਂ ਹੁਣ ਮੈਨੂੰ ਤਾਕਤ ਦੇ ਨਾਲ ਮੈਂ ਕੋਈ ਕੰਮ ਕਰਨਾ ਬੈਠਾ ਹਾਂ ਉਹ ਕਰਨਾ ਪਾਵਾਂ ਇਹ ਵੀ ਕੋਈ ਫਰਕ ਪੈਂਦਾ ਹੈ ਇਸ ਚੀਜ਼ ਤੇ ਬਿਲਕੁਲ ਨਹੀਂ ਕਿਉਂਕਿ ਆਪਰੇਸ਼ਨ ਤੋਂ ਬਾਅਦ ਜਿਹੜੀ ਸਾਡੀ ਪ੍ਰੋਡਕਟਿਵਿਟੀ ਹੈ ਕੰਮ ਕਰਨ ਦੀ ਜਿਹੜੀ ਸ਼ਮਤਾ ਉਹ ਵੱਧ ਜਾਂਦੀ ਹੈ ਜੀ ਜੇ ਤੁਸੀਂ ਸਾਡਾ ਚੈਨਲ ਡਾਕਟਰ ਜੀਐਸ ਚ ਮੁਵਲਾ ਅਸੀਂ ਕੋਈ ਵਾਚ ਕਰੇ YouTube ਤੇ ਤਾਂ ਬਹੁਤ ਸਾਰੇ ਪੇਸ਼ੈਂਟਸ ਸਾਡੇ ਆਏ ਬੜੇ ਐਕਟਿਵ ਕੰਮ ਕਰਦੇ ਫਾਰਮਿੰਗ profession ਚ ਟਰੈਕਟਰ ਚਲਾਉਂਦੇ ਆ ਹੱਥੀ ਸਪੋਰਟਸਮੈਨ ਵੀ ਆ ਰੈਸਲਰਸ ਵੀ ਆ ਜਿਹੜਾ ਦੌੜਾਂ ਵੀ ਲਾਂਦੇ ਆ ਬਾਕਸਿੰਗ ਵੀ ਕਰਦੇ ਆ ਜੇ ਤੁਸੀਂ ਉਹਨਾਂ ਦੇ ਵੀਡੀਓਜ਼ ਦੇਖੋ ਸਾਡੇ ਚੈਨਲ ਤੇ ਜਾ ਕੇ ਉਹਨਾਂ ਲੋਕਾਂ ਨੂੰ ਜਿਆਦਾ ਕਾਮਯਾਬੀ ਮਿਲ ਰਹੀ ਹੈ ਜਿਆਦਾ ਜੋਰ ਦਾ ਕੰਮ ਕਰ ਰਹੇ ਆ ਕਿਸੇ ਪਾਸੇ ਕਮਜ਼ੋਰੀ ਨਹੀਂ ਕਿਉਂਕਿ ਆਪਰੇਸ਼ਨ ਤੋਂ ਪਹਿਲੇ ਭਾਵੇਂ ਤੁਹਾਡਾ ਭਾਰ ਜਿਆਦਾ ਸੀ ਜੀ ਤੇ ਤੁਹਾਨੂੰ ਲੱਗਦਾ ਸੀ ਮੈਂ ਸ਼ਾਇਦ ਜਿਆਦਾ ਜੋਰ ਲਾ ਕੇ ਕੰਮ ਕਰ ਰਿਹਾ ਪਰ ਉਹ ਇੱਕ ਕਹਿੰਦੇ ਸੂਡੋ ਗੱਲ ਆ ਝੂਠੀ ਗੱਲ ਹੁੰਦੀ ਹੈ ਕਿਉਂਕਿ ਉਹਦੇ ਨਾਲ ਤੁਹਾਡੇ ਬਾਕੀ ਆਰਗਨ ਵੀ ਇੰਟਰਨਲ ਇਫੈਕਟ ਹੋ ਰਹੇ ਹੁੰਦੇ ਆ ਜਿਵੇਂ ਜਿਵੇਂ ਤੁਸੀਂ weight lose ਕਰਦੇ ਆਂ ਬਾਕੀ ਇੰਟਰਨਲ ਆਰਗਨ ਤੇ ਜਿਹੜਾ ওভারਲੋਡ ਹੈਗਾ ਜਿਵੇਂ ਕੋਲ ਹਾਰਟ ਤੇ ਜਿਹੜਾ ਤੁਹਾਡਾ 70 80 ਕਿਲੋ ਲਈ ਕੰਮ ਕਰ ਰਿਹਾ ਸੀ ਤੁਸੀਂ 150 ਜਾਂ 100 ਕਿਲੋ ਤੱਕ ਕੰਮ ਲੈ ਰਹੇ ਹੋ ਉਹ ਲੋਡ ਪਾ ਕੇ ਫੇਲ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਤੁਹਾਡੇ ਲਾਈਫ ਹਮੇਸ਼ਾ ਇੱਕ ਰਿਸਕੀ ਜ਼ੋਨ ਦੇ ਅੰਦਰ ਤੁਸੀਂ ਕੰਮ ਕਰਦੇ ਸੀ ਪਰ ਜਿਵੇਂ ਜਿਵੇਂ ਤੁਸੀਂ weight lose ਕਰਦੇ ਹੋ ਤੁਸੀਂ ਰਿਸਕੀ ਜ਼ੋਨ ਤੋਂ ਬਾਹਰ ਆ ਕੇ ਸੇਫ ਜ਼ੋਨ 'ਚ ਕੰਮ ਕਰ ਰਹੇ ਹੋ ਤੇ ਤੁਹਾਡੀ ਪ੍ਰੋਡਕਟਿਵਿਟੀ ਉਸੇ ਹਿਸਾਬ ਨਾਲ ਜ਼ਿਆਦਾ ਹੁੰਦੀ ਹੈ ਐਕਟਿਵ ਤੁਸੀਂ ਜ਼ਿਆਦਾ ਹੋ ਜਾਂਦੇ ਨਾਲੇ ਜ਼ਰੂਰੀ ਨਹੀਂ ਵੀ ਸਾਰਾ ਕੰਮ ਤੁਸੀਂ ਜਰਨਲ ਆਲੀ ਕਰਨਾ ਕੁਝ ਕੰਮ ਤੁਹਾਡੇ ਅਲਰਟ ਰੈਂਡ ਨਾਲ ਵੀ ਹੁੰਦੇ ਆ ਐਕਟਿਵ ਰੈਂਡ ਨਾਲ ਵੀ ਹੁੰਦੇ ਆ ਜਦੋਂ ਤੁਹਾਨੂੰ ਨੀਂਦ ਨਾ ਆਵੇ ਕੰਮ ਕਰਦੇ ਵਿੱਚ ਉਹ ਤੁਹਾਨੂੰ ਬਹੁਤ ਹੋ ਜਾ ਫਾਇਦਾ ਹੁੰਦੇ ਆ ਜੀ ਇੱਕ ਸਵਾਲ ਸੀ ਜੀ ਇਸ ਤੋਂ ਪਹਿਲਾਂ ਉਹ ਡਰਾਈਵਿੰਗ ਕਰਦੇ ਆ ਨੀਂਦ ਦੀ ਪ੍ਰੋਬਲਮ ਹੈ ਪਰ ਇਹਦਾ ਮੋਟਾਪੇ ਨਾਲ ਲਿੰਕ ਹੈ ਜੀ ਬਿਲਕੁਲ ਜੇ ਤੁਹਾਨੂੰ ਓਵਰ weight ਕਰਕੇ ਮੋਟਾਪੇ ਕਰਕੇ ਤੁਹਾਨੂੰ ਨੀਂਦ ਜਿਆਦਾ ਆ ਰਹੀ ਹੈ ਏਟ ਮੀਨਸ ਤੁਸੀਂ ਸਲੀਪ ਐਪਨੀਆ ਦੇ ਸ਼ਿਕਾਰ ਹੋ ਸਲੀਪ ਐਪਨੀਆ ਹੁੰਦਾ ਜੇ ਘਰਾੜੇ ਵੱਜਦੇ ਜਿਹੜੇ ਸਾਨੂੰ ਉਹ ਸੁੱਤਿਆਂ ਪਿਆਂਜਲਾ ਸਾਹ ਰੁਕ ਜਾਂਦਾ ਕਿਉਂਕਿ ਬ੍ਰਿੰਚ ਕਾਰਬਨ ਡਾਈਆਕਸਾਈਡ ਉਹ ਜਮ੍ਹਾਂ ਹੋ ਜਾਂਦੀ ਆ ਆਕਸੀਜਨ ਘਟ ਜਾਣੀ ਸ਼ੁਰੂ ਹੋ ਜਾਂਦੀ ਆ ਇਸੇ ਤਰ੍ਹਾਂ ਜਾਗਦੇ ਇਨਸਾਨ ਦੇ ਵਿੱਚ ਵੀ ਜਿਹੜੇ ਤੁਰਦੇ ਨੇ ਫਿਰਦੇ ਆ ਬੈਠਦੇ ਆ ਗੱਲਾਂ ਕਰਦੇ ਆ ਡਰਾਈਵ ਕਰਦੇ ਆ ਅਖਬਾਰ ਪੜ੍ਹਦੇ ਆ ਟੀਵੀ ਵੇਖਦੇ ਆ ਆਕਸੀਜਨ ਜਿਹੜੀ ਅੰਦਰ ਪੂਰੀ ਨਹੀਂ ਜਾਂਦੀ ਕਿਉਂਕਿ ਤੁਹਾਡੇ ਸਾਹ ਦੇ ਰਸਤੇ ਤੇ ਵੀ ਫੈਟ ਬਹੁਤ ਜੰਮੀ ਹੁੰਦੀ ਆ ਤੁਹਾਨੂੰ ਖਿੱਚ-ਖਿੱਚ ਕੇ ਆਕਸੀਜਨ ਲੈਣੀ ਪੈਂਦੀ ਆ ਤੇ ਕੂਕੀ ਨਿਕ ਚੜ ਜਾਂਦੀ ਜੇ ਤੁਸੀਂ ਖਿੱਚਣਾ ਵੀ ਭੁੱਲ ਜਾਂਦੇ ਹੋ ਤੁਹਾਨੂੰ ਜ਼ੋਰ ਨਹੀਂ ਲੱਗਦਾ ਤੇ CO2 ਜੋ ਜੇ ਬ੍ਰੇਨ ਚ ਜਮ੍ਹਾਂ ਹੋ ਜਾਂਦੀ ਆ ਤਾਨੂੰ ਇੱਕ ਹੂਕੇ ਦੀ ਅਵਸਥਾ ਹਣੀ ਸ਼ੁਰੂ ਹੋ ਜੇ ਤੁਸੀਂ ਨੀਂਦ ਦੀ ਅਵਸਥਾ ਚਲੇ ਜਾਂਦੇ ਹੋ ਜੇ CO2 ਬਹੁਤ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਤਾਂ ਕਈ ਵਾਰੀ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਸੋ ਜਿਵੇਂ ਜਿਵੇਂ weight lose ਹੁੰਦਾ ਤੁਹਾਡੇ ਸਾਹ ਦੇ ਰਸਤੇ ਜਿਹੜੇ ਖੁੱਲਣੇ ਸ਼ੁਰੂ ਹੁੰਦੇ ਆ ਫੈਟ ਉੱਥੇ ਘਟਣੀ ਸ਼ੁਰੂ ਹੋ ਜਾਂਦੀ ਹੈ ਈਜ਼ੀਲੀ ਅੰਦਰ ਆਕਸੀਜਨ ਜਾਣੀ ਸ਼ੁਰੂ ਹੋ ਜਾਂਦੀ ਹੈ ਤੇ ਤੁਹਾਡੇ ਜਿਹੜੇ ਸਲੀਪ ਆਪਣੀਆਂ ਦੀ ਪ੍ਰੋਬਲਮ ਹੈ ਉਹ ਠੀਕ ਹੋ ਜਾਂਦੀ ਹੈ ਜਿਹੜੇ ਸਾਡੇ ਪ੍ਰੈਕਟਿਸ ਸਲੀਪ ਆਪਣੀਆਂ ਦੇ ਪੇਸ਼ੈਂਟ ਆਉਂਦੇ ਆ तकरीबन 2 ਮਹੀਨੇ ਦੇ ਵਿੱਚ ਵਿੱਚ ਸਾਰਨੇ ਸਲੀਪ ਆਪਣੀਆਂ ਜਿਹੜੇ ਮਸ਼ੀਨਸ ਆ ਉਤਰ ਜਾਂਦੀਆਂ ਉਹ ਕੰਫਰਟੇਬਲੀ 7-8 ਘੰਟੇ ਦੀ ਨੀ ਲਾਈਫ ਸਟਾਈਲ ਹੀ ਕਰ ਲੈਂਦੇ ਆ ਅੱਛਾ ਡਾਕਟਰ ਵੀ ਦੱਸਿਓ ਕਿ ਇਹਦੇ ਲਈ ਉਮਰ ਹੱਦ ਕੀ ਹੈ ਜੀ ਕਿਸ ਉਮਰ ਤੱਕ ਆਪਾਂ ਆਪਰੇਸ਼ਨ ਕਰ ਸਕਦੇ ਹਾਂ ਤੇ ਕਿਸ ਉਮਰ ਤੋਂ ਕਰਵਾਇਆ ਜਾ ਸਕਦਾ ਇਸ ਲਈ ਕੋਈ ਵੀ ਗਾਈਡਲਾਈਨ ਨਹੀਂ ਵੀ ਕਿਸੇ ਉਮਰ ਦੇ ਵਿੱਚ ਵੀ ਤੁਸੀਂ ਹੈਲਪ ਲੈ ਸਕਦੇ ਹੋ ਆਪਰੇਸ਼ਨ ਦੀ ਅਸੀਂ ਬੱਚਿਆਂ 'ਚ ਵੀ ਆਪਰੇਸ਼ਨ ਕਰਦੇ ਹਾਂ ਯੰਗਸਟਰ 'ਚ ਵੀ ਕਰਦੇ ਹਾਂ ਮਿਡਲ ਏਜ ਤੇ 올ਡ ਏਜ ਵਿੱਚ ਵੀ ਆਪਰੇਸ਼ਨ ਕੀਤੇ ਜਾਂਦੇ ਆ ਉਹ ਡਿਪੈਂਡ ਕਰਦਾ ਜੋ ਸਾਨੂੰ ਲੱਗੇ ਮਟਾਪਾ ਉਸ ਉਮਰ ਲਈ ਕਿਤਾਕਿਆ ਖਤਰਨਾਕ ਹੈ ਜੇ ਉਹ ਆਪਣੇ ਆਪ ਡਾਈਟ ਐਕਸਰਸਾਈਜ਼ ਨਾਲ ਨਹੀਂ ਜਾ ਰਿਹਾ ਤੇ ਲਾਈਫ ਨੂੰ ਖਤਰਾ ਹੋ ਸਕਦਾ ਤਾਂ ਕਿਸੇ ਉਮਰ ਚ ਵੀ ਆਪਰੇਸ਼ਨ ਕਰ ਸਕਦੇ ਹਾਂ ਜਿਵੇਂ ਕਿ ਅਸੀਂ ਆਪਣੇ ਸੈਂਟਰ ਚ 11 ਸਾਲ ਦੇ ਬੱਚਿਆਂ ਤੋਂ ਲੈ ਕੇ ਤੇ 84 ਸਾਲ ਤੱਕ ਅਸੀਂ ਆਪਰੇਸ਼ਨ ਕੀਤੇ ਆ ਦੁਨੀਆ ਭਰ ਚ 4 ਸਾਲ ਦੇ ਬੱਚੇ ਦਾ ਵੀ ਆਪਰੇਸ਼ਨ ਹੋ ਚੁੱਕਾ ਤੇ ਵਾਤ ਤੋਂ ਵਾਤ ਜੋ ਅਸੀਂ ਡਾਟਾ ਦੇਖਦੇ 90 ਸਾਲ ਦੇ ਇਨਸਾਨ ਦਾ ਵੀ ਆਪਰੇਸ਼ਨ ਹੋ ਚੁੱਕਾ ਸੋ ਕਿਸੇ ਵੀ ਉਮਰ ਚ ਵਿੱਚ ਜੇ ਤੁਸੀਂ ਆਪਣੇ ਲਾਈਫ ਸਟਾਈਲ ਕਰਨਾ ਚਾਹੁੰਦੇ ਹੋ ਮਟਾਪਾ ਤੁਹਾਡਾ ਨਹੀਂ ਜਾ ਰਿਹਾ ਤੁਸੀਂ ਆਪਰੇਸ਼ਨ ਹੈਲਪ ਲੈ ਕੇ ਆਪਣਾ ਜਿਹੜਾ weight ਆ ਉਹ ਲੂਜ਼ ਕਰ ਸਕਦੇ ਬਿਲਕੁਲ ਸਹੀ ਇੱਕ ਇਹ ਦੋ ਗੱਲਾਂ ਮੈਂ ਜ਼ਰੂਰ ਪੁੱਛਣੀ ਹੈ ਇੱਕ ਤਾਂ ਇਹਦੀ ਕਾਸਟਿੰਗ ਕਿ ਖਰਚਾ ਕਿੰਨਾ ਆਉਂਦਾ ਐ ਦੂਸਰਾ ਬਹੁਤ ਵਾਰ ਹੁੰਦਾ ਦਰਸ਼ਕਾਂ ਨੂੰ ਕਿ ਆਪਾਂ ਜਿੱਦਾਂ ਹੁਣ ਗੱਲ ਕਰ ਰਹੇ ਹਾਂ ਉਹਨਾਂ ਨੂੰ ਹੁੰਦਾ ਕਿ ਹਾਂ ਅਸੀਂ ਖੋ ਡਾਕਟਰ ਸਾਹਿਬ ਨਾਲ ਗੱਲ ਕਰਨੀ ਤੁਸੀਂ ਆਪਣੀ ਆਪਣਾ ਨੰਬਰ ਤੇ ਅਵੇਲੇਬਿਲਟੀ ਦੋਵੇਂ ਚੀਜ਼ਾਂ ਦੱਸ ਦਿਓ ਜੀ ਹਾਂਜੀ ਪਹਿਲੇ ਮੈਂ ਆਪਣਾ ਨੰਬਰ ਦੱਸ ਦਿੰਨਾ ਮੇਰਾ ਜਿਹੜਾ ਪਰਸਨਲ ਸੈੱਲ ਨੰਬਰ ਇੰਡੀਆ ਦਾ ਹੈਗਾ ਪਲੱਸ 91 ਇੰਡੀਆ ਦਾ ਕੋਡ ਲਗਾ ਕੇ 9814070870 9814070870 ਤੇ ਤੁਸੀਂ ਕਾਲ ਕਰ ਸਕਦੇ ਆ ਦੇ ਜਿਹੜਾ ਕਾਸਟ ਦੀ ਗੱਲ ਕੀਤੀ ਹੈ ਉਹ ਕਿਉਂਕਿ ਡਿਫਰੈਂਟ ਪ੍ਰੋਸੀਜਰਸ ਆ ਉਹਦੀ ਡਿਫਰੈਂਟ ਕਾਸਟ ਹੁੰਦੀ ਹੈ ਡਿਫਰੈਂਟ ਰੂਮ ਪੈਕੇजेस ਹੁੰਦੇ ਆ ਬਾਕੀ ਜੀ ਅਸੀਂ ਬਿਲਕੁਲ ਕਾਸਟ ਪ੍ਰਾਈਸ ਤੇ ਦੇਖੀਏ ਤੇ ਜੇ ਤੁਸੀਂ ਸਾਰਾ ਫਸਟ ਟਾਈਮ ਯੂਜ਼ ਕਰਨ ਵਾਲੀ ਪ੍ਰੋਡਕਟਸ ਲੈਣੀਆਂ ਤੇ ਸਟੈਂਡਰਡ ਕੰਪਨੀ ਸੇ ਲੈਣੀਆਂ ਤੇ ਤਕਰੀਬਨ ਸਿਰਫ ਕੰਜ਼ਿਊਮੇਬਲ ਦੀ ਕਾਸਟ ਉੱਚ ਕੋਈ ਪ੍ਰੋਫੈਸ਼ਨਲ ਚਾਰजेस ਕੋਈ ਦਵਾਈਆਂ ਦੇ ਕੋਈ ਹਸਪੀਟਲ ਚਾਰजेस ਨਹੀਂ ਹੈ ਤੇ ਤਕਰੀਬਨ ਡੇਢ ਲੱਖ ਕੰਜ਼ਿਊਮੇਬਲ ਦੀ ਚਾਰजेस ਹੁੰਦੇ ਆ ਉਸ ਤੋਂ ਬਾਅਦ ਜਿਹੜੇ ਵੀ ਹਸਪੀਟਲ ਤੁਸੀਂ ਜਾਂਦੇ ਹੋ ਉਹਨਾਂ ਦੇ ਆਪਣੇ ਸਿਸਟਮ ਹੁੰਦੇ ਆ ਉਰ ਪ੍ਰਾਈਵੇਟ ਰੂਮ ਦੇ ਪੈਕੇजेस ਅਲੱਗ ਹੁੰਦੇ ਆ ਜਨਰਲ ਵਾਰਡ ਦੇ ਅਲੱਗ ਹੁੰਦੇ ਆ ਸੋ ਤੁਸੀਂ ਲਾ ਲਓ ਵੀ ਤਕਰੀਬਨ 2 ਲੱਖ ਤੋਂ ਲੈ ਕੇ ਔਨਵਰਡਸ ਜਿਹੜੇ ਪੈਕੇजेस ਆ ਉਹ ਕਿਸੇ ਵੀ ਸਰਜਰੀ ਦੀ ਸਟਾਰਟ ਹੋ ਸਕਦਾ ਕੋਈ ਸਰਜਰੀ ਸਿਰਫ 2.5 ਲੱਖ ਚ ਹੋ ਜਾਂਦੀ ਹੈ ਕੋਈ ਸਰਜਰੀ 4-5 ਲੱਖ ਚ ਆ ਕੇ ਵੀ ਕੰਪਲੀਟ ਹੁੰਦੀ ਆ ਉਹ ਡਿਪੈਂਡ ਕਰਦਾ ਤੁਹਾਡੀ ਤੁਸੀਂ ਕਿਹੜੇ ਪੈਕੇਜ ਲੈਣਾ ਚਾਹੁੰਦੇ ਹੋ ਕਿ ਕਿਹੜੇ ਸਰਜਰੀ ਤੁਸੀਂ ਕਰਵਾਉਣਾ ਚਾਹੁੰਦੇ ਹੋ ਬਿਲਕੁਲ ਮਤਲਬ ਅਕੋਰਡਿੰਗ ਟੂ ਸਰਵਿਸਿਜ਼ ਆ ਉਹਦਾ ਖਰਚਾ ਜਿਹੜਾ ਵਾਦਾ ਕਰਦਾ ਰਹਿੰਦਾ ਪਰ ਐਵਰੇਜ ਜਿਹੜਾ ਖਰਚਾ ਉਹ 1.5 ਤੋਂ 2 ਦੇ ਵਿੱਚ ਆਉਂਦਾ ਉਹ ਦੈਟ ਇਜ਼ ਅ ਕੋਸਟ ਆਫ ਦੈਟ ਕੰਜ਼ੂਮੇਬਲ ਆਈਟਮ ਜਿਹੜੇ ਸਮਾਨ ਅੰਦਰ ਯੂਜ਼ ਹੋਣਾ ਕਿਸੇ ਪੇਸ਼ੈਂਟ ਦੇ ਅੰਦਰ ਬਿਲਕੁਲ ਸਹੀ ਡਾਕਟਰ ਸਾਹਿਬ ਤੁਸੀਂ ਸਮਾਂ ਕੱਢਿਆ ਇਹ ਸਾਰੀਆਂ ਗੱਲਾਂ ਬਾਤਾਂ ਡਿਟੇਲ ਨਾਲ ਸਮਝਾਈਆਂ ਤੁਹਾਡਾ ਬਹੁਤ ਧੰਨਵਾਦ ਜੀ ਥੈਂਕ ਯੂ ਅਸਨਾਲੀ ਆਪਾਂ ਇਸ ਪ੍ਰੋਗਰਾਮ ਨੇ ਅੱਜ ਸਮਾਪਤ ਕਰਦੇ ਜੀ ਇਤਿਆਸ ਕਰਦੇ ਆ ਕਿ ਤੁਸੀਂ ਇਸ ਤਰ੍ਹਾਂ ਪ੍ਰਾਈਮੇਅਰ ਸ਼ਾਹ ਟੀਵੀ ਨੂੰ ਪਿਆਰ ਮੁਹੱਬਤ ਕਰਦੇ ਰਹੋਗੇ ਆਖਰ ਦੇ ਵਿੱਚ ਮੈਂ ਜ਼ਰੂਰ ਕਹਾਗਾ ਕਿ ਸੇਧ ਤੋਂ ਵੱਡਾ ਹੋਰ ਕੋਈ ਨਹੀਂ ਹੈਗਾ ਜੀ ਇਸ ਕਰਕੇ ਜੇ ਸਿਹਤ ਚੰਗੀ ਹੈ ਤਾਂ ਫੇਰ ਹੀ ਸਾਰੀ ਦੁਨੀਆ ਸੰਸਾਰ ਚੱਲਣਾ ਇਸ ਕਰਕੇ ਆਪਣੀ ਸਿਹਤ ਦਾ ਜ਼ਰੂਰ ਖਿਆਲ ਰੱਖੋ ਫਿਲਹਾਲ ਦੀ ਇਜਾਜ਼ਤ ਗੁਰਪ੍ਰੀਤ ਸੰਧਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮੇਅਰ ਸ਼ਾਹ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ